ਅਸਲਾਮ ਅਲੈਕਮ ਮੈਂ ਤੁਹਾਡਾ ਭਰਾ ਨਹੀਂ ਮਸ਼ਰਫ ਅਸੀਂ ਖੇਡਣ ਲੱਗੇ ਲੁਕਣ ਮੀਟੀ ਆ ਵੇਖੋ ਜੀ ਸਾਰੇ ਭਰਾ ਆਏ ਨੇ ਅਸੀਂ ਹੁਣ ਖੇਡਣ ਲੱਗੇ ਲੁਕਣ ਮੀਟੀ ਅਸੀਂ ਇਹਨੇ ਵਿੱਚ ਲੁਕਣਾ ਜਾ ਕੇ ਅਸਰੋਂ ਕੇਰੀ ਇਹਨੇ ਵਿੱਚ ਲੁਕਣਾ ਜਾ ਕੇ ਦੋ ਬੰਦੇ ਭੱਜੇ ਆ ਰਹੇ ਨੇ ਅਸੀਂ ਅਸੀਂ ਨਾ ਤੁਹਾਨੂੰ ਦੱਸਿਆ ਲੁਕਣ ਮੀਟੀ ਕਿਹੜੀ ਹੁੰਦੀ ਹੈ ਨਾ ਛੁਪਣ ਛੁਪਾਈ ਅਸੀਂ ਉਹ ਖੇਡਨੇ ਪਿਆ ਐ ਭਾਈ ਇਹਨਾਂ ਕਿਹੜਾ ਆਹ ਵੇਖੋ ਕੀ ਕਰ ਰਿਹਾ ਹੈ ਆ ਸਾਰੇ ਭਾਈ ਨਾ ਲੁਕਣ ਵਾਸਤੇ ਆਏ ਨੇ ਆ ਸਾਰੇ ਵਿੱਚ ਨਾ ਲੁਕਣਾ ਲੁਕਣ ਮੀਟੀ ਛੁਪਣ ਛੁਪਾਈ ਉਹ ਸਾਰੀ ਵਾਮ ਖੇਡੀ ਵੀ ਹੈ ਤੇ ਅਸੀਂ ਹੁਣ ਨਾ ਲਓ ਜੀ ਅਸੀਂ ਹੁਣ ਖੋ ਕੇ ਪਲਾਨ ਕਰਨ ਲੱਗੇ ਸਾਰੇ ਭਾਈ ਇਧਰ ਪਲਾਨ ਕਰੀਏ ਕਿੱਥੇ ਲੁਕਣਾ ਹਾਂਜੀ ਗੱਲ ਸੁਣੋ ਹਾਂਜੀ ਹਾਂਜੀ ਪਲਾਨ ਅਸੀਂ ਕਰਨ ਲੱਗੇ ਹੁਣ ਆਪਾਂ ਪਰ ਕਿੱਥੇ ਸਾਰੇ ਨੇ ਲੁਕਣਾ ਤੇ ਆ ਕੇ ਸਰੇ ਹੋਣਾ ਆ ਸਰੇ ਕਿੱਥੇ ਤੱਕ ਜਾਂਦੀ ਵੀ ਤੇ ਆਪਾਂ ਇਹਦੇ ਵਿੱਚ ਲੁਕਣਾ ਹੈ ਇਹਨਾਂ ਹੈ ਇਹ 50 ਕਿੱਲੇ ਇਹਨੇ ਵਿੱਚ ਸਾਰਿਆਂ ਚ ਵੜ ਜਾਓ ਤੇ ਆਪਾਂ ਲੈ ਵੀ ਜਣਾ ਨਹੀਂ ਇਹਨਾਂ ਕੋਲ ਆ ਆਪਾਂ ਲੁਕਣ ਵਾਸਤੇ ਆਏ ਆ ਤੇ ਉਹ ਬੰਦੇ ਉਹ ਵੀ ਭੱਜਿਆ ਆ ਰਹੇ ਪਿੱਛੇ ਸਾਰੇ ਲੁਕਣ ਮੀਟੀ ਖੇਡਦੇ ਪਏ ਨੇ ਛੁਪਣ ਛੁਪਾਈ ਭਾਈ ਨਹੀਂ 60 ਕਿੱਲੇ ਰਕਬਾ ਉਹ ਆਪਣਾ ਕਾਲੂ ਸ਼ਾਹ ਪ੍ਰਿਆ ਵੀ ਆ ਗਿਆ ਹਾਂਜੀ ਵਾਰੀ ਆ ਰਹੇ ਉਹ ਭਾਈ ਆ ਤਨਵਾਨ ਆ ਆ ਕਰ ਖਲੇ ਨਾ ਨਾ ਉਹ ਬਾਈ ਭਾਈਆਂ ਨੇ ਉਹ ਉੱਥੇ ਵਾਰੀ ਦੇਣੀ ਹੈ ਤੇ ਅਸੀਂ ਆ ਸਾਰੀ ਸਰੇ ਵਿੱਚ ਲੁਕਣ ਆਏ ਆ ਆ ਵੇਖੋ ਸਾਰੇ ਕਿਹੜਾ ਰਕਬਾ ਹੈਗਾ ਅਸੀਂ ਇਹਦੇ ਵਿੱਚ ਲੁਕਣ ਆਏ ਆ ਸਰੇ ਵਿੱਚ ਅਸੀਂ ਇਹਨੇ ਲੁਕ ਜਾਣਾ ਨਾ ਸਾਡੀ ਰਾਤ ਹੀ ਲੱਗੇ ਰਹਿਣਾ ਲੱਭਣਾ ਹੀ ਕੋਈ ਆ ਸਾਡਾ ਚਾਚੂ ਜੀ ਨੇ ਆ ਸਰੇ ਵਿੱਚ ਲੁਕਣ ਆ ਅਸੀਂ ਕਹਿੰਦਾ ਮੈਂ ਲੁਕਣ ਮੀਟੀ ਲੁਕ ਜਾ ਸਰੇ ਵਿੱਚ ਲੁਕ ਜਾ ਸਾਰੇ ਬੰਦੇ ਲੁਕ ਕੇ ਬੈਠੇ ਆ ਲੁਕਣ ਮੀਟੀ ਅਸੀਂ ਖੇਡਦੇ ਪਏ ਦੋ ਬੰਦੇ ਵਾਰੀ ਦੇਣ ਗਏ ਨੇ ਉਹ ਹਾਲੇ ਤੱਕ ਸਾਨੂੰ ਲੱਭਦੇ ਪਏ ਨੇ ਅਸੀਂ ਲੁਕੇ ਆ ਵੇਖੋ ਕਿੰਨੇ ਬੰਦੇ ਅਸੀਂ ਇੱਕ ਟੋਲੀ ਵੱਜ ਕੇ ਨਾ ਇੱਕ ਜਗ੍ਹਾ 'ਤੇ ਲੁਕੇ ਆ ਆ ਸਰਿਆਂ ਦੇ ਵਿੱਚ ਲਓ ਜੀ ਅਸੀਂ ਹੁਣ ਲੁਕਣ ਮੀਟੀ ਖੇਡਣੀ ਬਸ ਕਰ ਦਿੱਤੀ ਏ ਅਸੀਂ ਹੁਣ ਚੱਲੇ ਹਾਂ ਘਰ ਸ਼ਾਮ ਹੋ ਗਈ ਏ ਸ਼ਾਮ ਦੀ ਬਾਂਗ ਮਿਲ ਗਈ ਏ ਅਸੀਂ ਹੁਣ ਚੱਲੇ ਹਾਂ ਘਰ ਆਹ ਸਾਰੇ ਬੰਦੇ ਨਾ ਘਰ ਜਾ ਰਹੇ ਨਾ ਆਪਦੇ ਆ ਵੇਖ ਲਵੋ ਆਹ ਸਾਰੇ ਬੰਦੇ ਆਪਦੇ ਘਰ ਜਾਂਦੇ ਪਏ ਨੇ ਹੁਣ